ਜਿੱਥੇ ਜਿੱਥੇ ਵੀ ਆਪ ਸਾਰੇ ਪੰਜਾਬੀ ਮੇਰੀ ਆਵਾਜ਼ ਸੁਣ ਰਹੇ ਹੋ ਜੀ, ਮੈਨੂੰ ਦੇਖ ਰਹੇ ਹੋ, ਭਾਵ ਮੈਂ ਤੁਹਾਡਾ ਆਪਣਾ ਆਗਿਆਪਾਲ ਸਿੰਘ ਬਾਠ ਵਾਸ਼ਿੰਗਟਨ DC ਤੋਂ, ਮੈਂ DC ਨਾਈਟ ਵਿਦ ਪੌਲ ਬਾਠ MyTV ਦੇ ਉੱਤੇ ਪ੍ਰੋਗਰਾਮ ਕਰਦਾ ਔਰ MyTV ਦਾ ਮੈਂ ਪਾਰਟ ਓਨਰ ਵੀ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਕਰਨਾ ਚਾਹੁੰਦਾ। ਇਹ ਮੇਰੀ ਅਪੀਲ ਹੈ ਹਰ ਇੱਕ ਉਸ ਪੰਜਾਬੀ ਨੂੰ, ਉਹ ਕਿਸੇ ਧਰਮ ਕਿਸੇ ਜਾਤ ਨੂੰ ਬਿਲੋਂਗ ਕਰਦਾ, ਮੈਨੂੰ ਇਸ ਚੀਜ਼ ਦਾ ਮੈਟਰ ਨਹੀਂ ਕਰਦਾ, ਕਿਉਂਕਿ ਨਾ ਮੈਂ ਜਾਤ 'ਚ ਬਿਲੀਵ ਕਰਦਾ ਅਤੇ ਨਾ ਮੈਂ ਧਰਮ ਦੀ ਸਪਿਰਿਟੀ 'ਚ ਬਿਲੀਵ ਕਰਦਾ, ਇਨਫਿਰਿਟੀ 'ਚ ਬਿਲੀਵ ਕਰਦਾ। ਮੈਂ ਸਮਝਦਾ ਇਨਸਾਨੀਅਤ ਸਭ ਤੋਂ ਪਹਿਲਾਂ ਔਰ ਮੋਸਟ ਇੰਪੋਰਟੈਂਟ ਸਾਡੇ ਲਈ ਹੈ ਜੀ। ਸੋ ਬੜਾ ਸੋਚ ਵਿਚਾਰ ਕਰਨ ਤੋਂ ਬਾਅਦ, ਤਾਂ ਜੋ ਇੱਕ ਵਧੀਆ ਕੁਆਲਿਟੀ, ਜੋ ਮੈਂ ਕਹਿਣਾ ਚਾਹੁੰਦਾ, ਇੱਕ ਵਧੀਆ ਕੁਆਲਿਟੀ ਦੇ ਰਾਹੀਂ ਤੁਹਾਡੇ ਤੱਕ ਉਹ ਮੇਰਾ ਸੰਦੇਸ਼ ਪਹੁੰਚ ਸਕੇ ਜੀ। ਇਹ ਮੇਰੇ ਆਗਿਆਪਾਲ ਸਿੰਘ ਬਾਠ ਇੱਕ ਪੰਜਾਬੀ ਦੇ ਵਿਚਾਰ ਨੇ, ਇਹਦੇ ਨਾਲ MyTV ਦਾ ਕੋਈ ਲੈਣ ਦੇਣ ਨਹੀਂ। ਕੋਈ ਸ਼ੱਕ ਨਹੀਂ ਕਿ ਮੈਂ ਪਿਛਲੇ 38 ਸਾਲ ਤੋਂ ਅਮੈਰੀਕਾ ਦੇ ਵਿੱਚ ਵੱਸਦਾ, ਔਰ ਜਿੰਨੀ ਇਹ ਸੱਚਾਈ ਉਹਦੇ ਨਾਲ ਓਨੀ ਉਹ ਡੂੰਘੀ ਔਰ ਪ੍ਰਤੱਖ ਸੱਚਾਈ ਇਹ ਹੈ ਕਿ ਸਾਡੇ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਘੁੱਟ ਘੁੱਟ ਕੇ ਭਰੀ ਹੋਈ ਹੈ ਜੀ। ਜੋ ਇਵੈਂਟਸ ਪੰਜਾਬ 'ਚ ਹੁੰਦੀਆਂ ਨੇ ਉਹ ਸਾਨੂੰ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਟੱਚ ਕਰਦੀਆਂ ਨੇ, ਸਾਡੀ ਜ਼ਿੰਦਗੀ ਦੇ ਵਿੱਚ ਉਹ ਇੰਟਰਫੇਅਰ ਕਰਦੀਆਂ ਨੇ। ਜੋ ਰੀਸੈਂਟਲੀ ਪੰਜਾਬ ਦੇ ਵਿੱਚ ਹੋਇਆ, ਮੈਂ ਗੱਲ ਆਮ ਆਦਮੀ ਪਾਰਟੀ ਦੀ ਕਰਨ ਲੱਗਾ, ਮੈਂ ਗੱਲ ਉੱਚੇ ਤੌਰ 'ਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰਨ ਲੱਗਾ। ਮੇਰੇ ਵਿਚਾਰ, ਨਿੱਜੀ ਵਿਚਾਰ ਕਿਸੇ ਇੱਕ ਧਿਰ ਨਾਲ ਹੋ ਸਕਦੇ ਨੇ, ਪਰ ਉਹਨਾਂ ਦਾ ਮੇਰੇ ਅੱਜ ਦੀ ਇਸ ਸ਼ਬਦਾਵਲੀ ਅਤੇ ਇਸ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਨਾਲ ਕੋਈ ਲੈਣ ਦੇਣ ਨਹੀਂ। ਇੱਕ ਪੰਜਾਬੀ ਪੁੱਤ ਪੰਜਾਬੀ ਦੀ ਮਿੱਟੀ 'ਚੋਂ ਜੰਮਿਆ, ਇੱਕ ਪੰਜਾਬੀ ਪੁੱਤ ਆਪਣੇ ਪੰਜਾਬੀਆਂ ਨਾਲ ਗੱਲ ਕਰਨ ਲੱਗਾ। ਅਸੀਂ ਬੜੇ ਫਖਰ ਨਾਲ ਬਹੁਤ ਮਾਣ ਮਹਿਸੂਸ ਕਰਦੇ ਹਾਂ ਪੰਜਾਬੀ ਹੋਣ ਦਾ, ਔਰ ਅਫਸੋਸ ਇਹ ਹੈ ਕਿ ਜਦੋਂ ਵਕਤ ਆਉਂਦਾ ਨਾ ਜੀ, ਅਸੀਂ ਉਸ ਮਾਂ ਦਾ ਹੱਕ ਅਦਾ ਨਹੀਂ ਕਰਦੇ। ਹੱਕ ਅਦਾ ਕਰਨ ਦਾ ਜਦੋਂ ਸਮਾਂ ਆਉਂਦਾ, ਉਦੋਂ ਅਸੀਂ ਵਕਤ ਦਾ ਟਾਮ ਟੋਲ ਕਰਦੇ ਹਾਂ। ਪਿਛਲੇ 10-11 ਸਾਲਾਂ ਤੋਂ ਹਰ ਪੰਜਾਬੀ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਨਾਲ ਦਿਲਚਸਪੀ ਰੱਖਦਾ, ਉਹ ਤੋਂ ਥੋੜ੍ਹਾ ਜਾਣੂ ਹੈ, ਉਹ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਐਸੀ ਸ਼ਖਸੀਅਤ ਹੈ ਜਿਹਦੇ 'ਤੇ ਅੱਜ ਤੱਕ ਕਰਪਸ਼ਨ ਦਾ ਕੋਈ ਚਾਰਜ ਨਹੀਂ ਲੱਗਿਆ। ਹੀ ਇਜ਼ ਨੋਟ ਅ ਕਰਪਟ ਪੋਲੀਟੀਸ਼ੀਅਨ। ਔਰ ਉਹਨੇ ਪਾਰਟੀ 'ਚ ਆਪਣੀ 'ਚ ਹੁੰਦਿਆਂ ਪਾਰਟੀ ਦੇ ਖਿਲਾਫ਼, ਪਾਰਟੀ ਦੇ ਗਲਤ ਕੈਂਡੀਡੇਟਸ ਦੇ ਖਿਲਾਫ਼, ਦੂਜੀ ਪਾਰਟੀ ਉਹਨਾਂ ਦੇ ਲੀਡਰਸ਼ਿਪ ਜਿਹੜੇ ਜਿਹੜੇ ਪੰਜਾਬ ਦੇ ਹਿੱਤਾਂ ਦਾ ਜਿਨ੍ਹਾਂ ਨੇ ਕਤਲ ਕੀਤਾ, ਘਾਣ ਕੀਤਾ, ਪੰਜਾਬ ਦੇ ਵਿਰੁੱਧ ਚੱਲੇ ਨੇ, ਉਸ ਇਨਸਾਨ ਨੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਇਹ ਜ਼ਰੂਰੀ ਹੁੰਦਾ ਕਿ ਸ਼ਬਦਾਵਲੀ ਦੀ ਜੰਗ, ਸੱਚ ਝੂਠ ਦੀ ਜੰਗ, ਜੋ ਵੀ ਲੜਾਈ ਹੋਵੇ ਉਸਦੀ ਮਿਸਾਲ ਨੂੰ, ਜਲਦੀ ਹੋਈ ਮਿਸਾਲ ਨੂੰ ਲੈ ਕੇ ਇੱਕ ਨਾ ਇੱਕ ਅੱਗੇ ਨੂੰ ਤੁਰ ਇੱਕ ਨਾ ਇੱਕ ਜਣੇ ਨੂੰ ਤੁਰਨਾ ਹੀ ਪੈਂਦਾ। ਔਰ ਮੈਂ ਸਮਝਦਾ ਕਿ ਹੋਰ ਵੀ ਬੜੇ ਨੇ, ਪਰ ਸੁਖਪਾਲ ਸਿੰਘ ਖਹਿਰਾ ਇੱਕ ਐਸਾ ਇਨਸਾਨ ਹੈ ਜਿਹਨੇ ਇਹ ਆਪਣਾ ਫਰਜ਼ ਬਾਖੂਬੀ ਨਾਲ ਨਿਭਾਇਆ। ਕਿਉਂਕਿ ਬਾਖੂਬੀ ਨਾਲ ਨਿਭਾਇਆ, ਇਸਦਾਰ ਉਹ ਹੱਕਦਾਰ ਬਣਦਾ, ਇਸ ਗੱਲ ਦਾ ਹੱਕਦਾਰ ਹੈ ਕਿ ਅਸੀਂ ਵੀ ਆਪਣਾ ਫਰਜ਼ ਅਦਾ ਕਰਦੇ ਹਾਂ, ਦਾ ਨਾਰਾ ਮਾਰ ਕੇ ਉਹਦੇ ਨਾਲ ਖੜੀਏ। ਮੈਂ ਕਿਸੇ ਨੂੰ ਆਪਣੇ ਰਾਜਨੀਤਿਕ ਵਿਚਾਰ ਬਦਲਣ ਲਈ ਨਹੀਂ ਕਹਿ ਰਿਹਾ, ਆਪਣੀ ਪਾਰਟੀ ਛੱਡਣ ਲਈ ਕਹਿ ਰਿਹਾ, ਪਰ ਮੈਂ ਕਹਿ ਰਿਹਾ ਕਿ ਉਸ ਸਾਰੀ ਸੋਚ ਤੋਂ ਪਰ ਉੱਠ ਕੇ ਪੰਜਾਬੀ ਪੁੱਤ ਪੰਜਾਬੀ ਧੀ ਹੋਣ ਦਾ ਫਰਜ਼ ਅਦਾ ਕਰਕੇ ਉਸ ਇਨਸਾਨ ਦੇ ਨਾਲ ਖੜਨਾ ਸਾਡਾ ਜ਼ਰੂਰੀ ਹੈ। ਕਿਉਂਕਿ ਜਿਸ ਤਰੀਕੇ ਨਾਲ ਉਹਨੂੰ ਉਤਾਰਿਆ ਗਿਆ, ਮੈਂ ਸਮਝਦਾ ਠੇਠ ਪੰਜਾਬੀ 'ਚ ਉਹਨੂੰ ਉਹਦੀ ਔਕਾਤ ਦੱਸਣ ਵਾਲੀ ਗੱਲ ਕੀਤੀ ਗਈ ਹੈ ਕਿ ਤੇਰੀ ਔਕਾਤ ਕੋਈ ਨਹੀਂ। ਔਰ ਸਾਨੂੰ ਪਤਾ ਹੈ ਕਿ ਖਹਿਰਾ ਸਾਹਿਬ ਦੀ ਔਕਾਤ ਬਹੁਤ ਵੱਡੀ ਹੈ, ਦ ਵੇ ਹੀ ਪ੍ਰਜੈਂਟਸ ਹਿਮਸੈਲਫ, ਔਰ ਜੋ ਉਹਦੀ ਕਾਰਜ ਕਰ ਰਹੀ ਹੈ ਹੁਣ ਤੱਕ, ਉਹ ਇਸ ਗੱਲ ਦਾ ਸਬੂਤ ਹੈ ਕਿ
ਉਹਨਾਂ ਦੀ ਸ਼ਖਸੀਅਤ ਬਹੁਤ ਉੱਚੀ ਹੈ। ਆਈਵ ਨੈਵਰ ਮੈਟ ਹਿਮ, ਨਾ ਹੀ ਮੈਨੂੰ ਅੱਗੇ ਭਵਿੱਖ ਦੇ ਵਿੱਚ ਕੋਈ ਜਲਦੀ ਉਹਨਾਂ ਨਾਲ ਮੁਲਾਕਾਤ ਦਿਖ ਰਹੀ ਹੈ, ਪਰ ਮੇਰਾ ਫਰਜ਼ ਬਣਿਆ ਮੈਂ ਤੁਹਾਡੇ ਕੋਲ ਪਹੁੰਚੇ। ਇਹਦੇ ਨਾਲ ਨਾਲ ਜਿਹੜੀਆਂ ਗੱਲਾਂ ਹੋਰ ਵੀ ਅੱਗੇ ਆਈਆਂ ਨੇ ਕਿ ਪੰਜਾਬ ਦੇ ਹਿੱਤ ਦਿੱਲੀ ਵਾਲੇ ਸਿੰਪਲੀ ਕੇਅਰ ਨਹੀਂ ਕਰਦੇ। ਕਾਂਗਰਸ, BJP ਹੋਵੇ ਜੀ, ਆਮ ਆਦਮੀ ਪਾਰਟੀ ਜਿਹੜੀ ਆਈ ਸੀ ਸਭ ਕੁਛ ਬਦਲ ਨੂੰ, ਉਹਦੀ ਲੀਡਰਸ਼ਿਪ ਨੇ ਜਿਸ ਤਰੀਕੇ ਨਾਲ ਆਪਣੇ ਕੈਂਡੀਡੇਟ ਬਦਲੇ ਨੇ ਜਦੋਂ ਦੀ ਵਿਧਾਨ ਸਭਾ ਇਲੈਕਸ਼ਨ ਦੀਆਂ ਟਿਕਟਾਂ ਤੋਂ ਲੈ ਕੇ ਹੁਣ ਤੱਕ, ਜੋ ਉਹਦੇ 'ਚ ਸਾਰਾ ਕੁਛ ਆਪਾਂ ਨੂੰ ਦੇਖਣ ਮਿਲਿਆ, ਇਹ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਉਸੇ ਗੰਧਲ, ਉਸੇ ਗੰਦਗੀ ਵਾਲੀ ਰਾਜਨੀਤੀ ਦੇ ਵਿੱਚ ਮੈਂ ਕਹਾਂਗਾ ਕਿ ਲੱਕ ਲੱਕ ਦੱਸ ਗਈ ਹੈ ਜੀ ਉਹਦੇ ਵਿੱਚ। ਪਰ ਅਗਰ ਅਸੀਂ ਅੱਜ ਉਹਦੇ ਨਾਲ ਖੜ੍ਹਦੇ ਹਾਂ, ਮੁਰਾਦ ਮੇਰੀ ਸਰਦਾਰ ਸੁਖਪਾਲ ਸਿੰਘ ਪੈਰਾਂ ਨਾਲ ਖੜ੍ਹਦੇ ਹਾਂ, ਤਾਂ ਅਸੀਂ ਇੱਕ ਸੰਦੇਸ਼ ਭੇਜਦੇ ਹਾਂ ਆਪਣੀ ਦਿੱਲੀ ਦੀ ਸਾਰੀ ਪਾਰਟੀਆਂ ਦੀ ਲੀਡਰਸ਼ਿਪ ਨੂੰ ਕਿ ਪੰਜਾਬ ਕਮਸ ਫਸਟ, ਪਹਿਲਾਂ ਪੰਜਾਬ, ਪੰਜਾਬੀਅਤ, ਸਾਡੇ ਪੰਜਾਬੀ ਪਹਿਲਾਂ ਨੇ, ਸਾਡੇ ਆਪਣੀਆਂ ਜ਼ਰੂਰਤਾਂ ਲੋੜਾਂ ਪਹਿਲਾਂ ਨੇ, ਅਸੀਂ ਤੁਹਾਡੇ ਮੁਹਤਾਜੀ ਨਹੀਂ, ਅਸੀਂ ਆਪਣੇ ਘਰ ਦੀ ਖੁਦ ਰਕਸ਼ਾ ਦੇਖਭਾਲ ਕਰਨਾ ਜਾਣਦੇ ਹਾਂ। ਸੋ ਮੇਰੀ ਪੂਰੀ ਜ਼ੋਰ ਅਪੀਲ ਹੈ ਸਾਰੇ ਪੰਜਾਬੀਆਂ ਨੂੰ, ਚਾਹੇ ਸੋਸ਼ਲ ਮੀਡੀਆ 'ਤੇ ਜਾਓ, ਜਿੱਥੇ ਕਿੱਥੇ ਵੀ ਗੱਲ ਹੁੰਦੀ ਹੈ, ਆਪਣਾ ਜਿਹੜਾ ਹਾਂ ਦਾ ਨਾਰਾ ਜ਼ਰੂਰ ਤੁਸੀਂ ਇੱਕ ਦੂਜੇ ਦੇ ਅੱਗੇ ਸਾਂਝਾ ਕਰ ਦਿਓ, ਤਾਂ ਜੋ ਭਵਿੱਖ ਵਿੱਚ ਆਉਣ ਵਾਲੇ ਉਹ ਜਿਹੜੇ ਸਾਨੂੰ ਉਹੀ ਪੁਰਾਣੀ ਦਿੱਲੀ ਤੋਂ ਬਹਿ ਕੇ ਰਾਜ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਪਤਾ ਲੱਗੇ ਕਿ ਸਿਰਫ ਪੰਜਾਬ ਹੀ ਨਹੀਂ, ਪੰਜਾਬ ਦੇ ਹੋਰ ਸਟੇਟ ਵੀ ਸਾਨੂੰ ਫੋਲੋ ਕਰਨਗੇ ਅਤੇ ਉਹ ਵੀ ਉਹਨਾਂ ਨੂੰ ਨਕਾਰਨਗੇ, ਬਿਕਾਜ਼ ਦੇ ਹੈਵ ਟੂ ਕਮ ਵਿਦ ਦ ਪੋਲਿਸੀ ਦੈਟ ਇਜ਼ ਸੂਟੇਬਲ ਫੋਰ ਹੋਲ ਇੰਡੀਆ, ਜਿੱਥੇ ਜਿੱਥੇ ਵੀ ਕੋਈ ਸਾਰੇ ਬੈਠੇ ਨੇ। ਸੋ ਮੇਰੀ ਇਹ ਅਪੀਲ, ਮੈਂ ਉਮੀਦ ਕਰਦਾ ਕਿ ਤੁਸੀਂ ਇਸ ਨੂੰ ਕਬੂਲੋਗੇ। ਹੋਰ ਬੜੇ ਏਜੰਡੇ ਨੇ ਜੀ, ਹੋਰ ਬੜਾ ਕੁਛ ਹੋ ਰਿਹਾ, ਲੇਕਿਨ ਉਹ 'ਤੇ ਫਿਰ ਆਪਾਂ ਕਿਸੇ ਆਪਣੇ ਪ੍ਰੋਗਰਾਮ ਤੋਂ ਗੱਲ ਕਰਾਂਗੇ। ਕਈ ਸੁਣੀ ਦੀ ਮੈਂ ਮਾਫ਼ੀ ਚਾਹੁੰਦਾ, ਇੱਕ ਵਾਰ ਫਿਰ ਪੰਜਾਬੀ ਪੁੱਤ ਹੋਣ ਦੇ ਨਾਤੇ, ਪੰਜਾਬੀ, ਪੰਜਾਬ ਅਤੇ ਪੰਜਾਬੀ ਤੋਂ ਪਿਆਰ ਕਰਨ ਦੇ ਨਾਤੇ ਮੈਂ ਇਹ ਬੇਨਤੀ ਆਪ ਤੱਕ ਪਹੁੰਚਾਈ ਹੈ, ਕਬੂਲ ਕਰਨ ਦੀ ਕਿਰਪਾਲਤਾ ਕਰਨੀ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਜੀ।